ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਡ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਪੰਜਾਬ ਕਲਰਕ ਨਵੀਂ ਭਰਤੀ ਨੂੰ ਲੈ ਕੇ ਅਪਡੇਟ ਆਇਆ ਹੈ ਜੀ ਜਿਸ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪੋਸਟਾਂ ਦੀ ਗੱਲ ਕਰਾਂ 5962 ਪੋਸਟਾਂ ਜਿਹੜੀਆਂ ਨੇ ਗੋ ਆਊਟ ਕੀਤੀਆਂ ਗਈਆਂ ਨੇ ਸੈਲਰੀਜ਼ ਦੇ ਵਿੱਚ 19900 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਤੁਹਾਡੀ ਸੋ ਕੀ ਕੀ ਯੋਗਤਾ ਮੰਗੀ ਗਈ ਹੈ ਠੀਕ ਹੈ ਜੀ ਸਿਲੇਕਸ਼ਨ ਕਿਵੇਂ ਹੋਏਗੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਦੀ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ ਸੋ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਹੋਰ ਬਹੁਤ ਸਾਰੀਆਂ ਵੈਕੈਂਸੀ ਨੇ ਜਿਨੇ ਕਿ ਆਊਟ ਲੇਟੈਸਟ ਰਿਕਰੂਟਮੈਂਟ ਅਪਡੇਟ ਦੇ ਲਈ ਤੁਸੀਂ ਸਾਡੀ ਜਿਹੜੀ ਹੈ ਜੀ ਵੈਬਸਾਈਟ ਤੇ ਜਾ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ ਟਾਈਪ ਕਰਨਾ ਹੈ Google ਤੇ ਜਾ ਕੇ meetacademy.xyz ਉਥੋਂ ਤੁਸੀਂ ਸਾਰੇ ਜੌਬ रिलेटेड ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਰਿਕਰੂਟਮੈਂਟ ਅਪਡੇਟਸ ਲਈ ਇਸੇ ਤਰ੍ਹਾਂ ਮਿਲਦੇ ਰਹਿਣਗੇ ਤੁਹਾਨੂੰ ਠੀਕ ਹੈ ਜੀ ਫਿਰ ਵੀ ਕੋਈ ਡਾਊਟ ਹੋਏਗਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਪੁੱਛੀ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਪਹਿਲਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪਹਿਲੇ ਨੋਟੀਫਿਕੇਸ਼ਨ ਦੀ ਜਿਹੜਾ ਕਿ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਭਾਗ ਵਿਕਾਸਪੰਜਾਬ ਵੱਲੋਂ ਆਊਟ ਕੀਤਾ ਗਿਆ ਜੀ ਜਿਸ ਦੇ ਵਿੱਚ ਪੰਜਾਬ ਆਂਗਣਵਾੜੀ ਵਰਕਰ ਤੇ ਆਂਗਣਵਾੜੀ ਹੈਲਪਰ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਲਈ ਅਪਲਾਈ ਕਰਨਾ ਜਿਹੜਾ ਹੈ ਜੀ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਇਹਦੇ ਲਈ ਤੁਸੀਂ ਆਫਲਾਈਨ ਜਿਹੜਾ ਹੈ ਜੀ ਦਰਖਾਸਤ ਦੇਣਾ ਹੋਏਗਾ ਕੋਈ ਵੀ ਅਦਰ ਮੋਡ ਦੇ ਲਈ ਅਪਲਾਈ ਕਰਨ ਦਾ ਜਿਹੜਾ ਉਹ ਨਹੀਂ ਹੈ ਜੀ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਜੇ ਪੋਸਟ ਆਊਟ ਕੀਤੀਆਂ ਗਈਆਂ ਨੇ ਆਂਗਣਵਾੜੀ ਵਰਕਰ ਮੇਨ ਦੀਆਂ ਨੇ ਉਸ ਤੋਂ ਬਾਅਦ ਆ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਤਿੰਨੇ ਪੋਸਟਾਂ ਨੂੰ ਜਿਹੜੀਆਂ ਪਹਿਲੀ ਹੈਗੀਆਂ ਨੇ 1016 ਪੋਸਟਾਂ ਅੰਗਣਵਾੜੀ ਵਰਕਰ ਮੇਨ ਦੀਆਂ ਨੇ 129 ਜਿਹੜੀਆਂ ਮਿੰਨੀ ਅੰਗਣਵਾੜੀ ਵਰਕਰ ਦੀਆਂ ਨੇ ਤੇ 4569 ਪੋਸਟਾਂ ਅੰਗਣਵਾੜੀ ਹੈਲਪਰ ਦੀਆਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਆਊਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਨੈਕਸਟ ਵਿਦਿਆਗਯੋਗਤਾ ਦੀ ਗੱਲ ਕਰਾਂ ਜੀ ਇੱਥੇ ਜਿਹੜੀ ਸਭ ਤੋਂ ਪਹਿਲਾਂ ਹੈਗੀ ਹੈ ਅੰਗਣਵਾੜੀ ਵਰਕਰ ਮੇਨ ਤੇ ਮਿੰਨੀ ਲਈ ਘੱਟੋ ਘਾਟ ਪਲੱਸ 2 ਪਾਸ ਕੈਂਡੀਡੇਟ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਤੇ ਘੱਟੋ ਘਾਟ 10ਵੀਂ ਪਾਸ ਕੈਂਡੀਡੇਟ ਜਿਹੜੇ ਨੇ ਉਹ ਇਹਦੇ ਲਈ ਅਪਲਾਈ ਕਰ ਪਾਣਗੇ ਦੇ ਮੈਟ੍ਰਿਕ ਪਾਸ ਕੈਂਡੀਡੇਟ ਨੇ ਉਹ ਦੇ ਲਈ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਤੇ ਇਸ ਦੇ ਵਿੱਚ ਘੱਟ ਤੋਂ ਘੱਟ 10ਵੀਂ ਤੁਸੀਂ ਪਾਸ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਉਮਰ ਦੀ ਅੰਗਨwadi ਵਰਕਰ ਹੈਲਪਰ ਦੀ ਪਰਤ ਲਈ ਘੱਟ ਤੋਂ ਘੱਟ 18 ਸਾਲ ਦੇ ਕੈਂਡੀਡੇਟ 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਨੇ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਅਨੁਸੂਚਿਤ ਤੇ ਪਛੜੀ ਜਰੇਡੀਆਂ ਜਾਤੀ ਦੇ ਜਿਹੜੇ ਨੇ 40 ਸਾਲ ਤੱਕ ਦੀ ਉਹਨਾਂ ਨੂੰ ਜਿਹੜੀ ਏਜ ਲਿਮਿਟ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਿਹੜੇ ਦਿਵਿਆਂਗ ਕੈਂਡੀਡੇਟ ਨੇ ਉਹਨਾਂ ਨੂੰ 45 ਸਾਲ ਦੀ ਏਜ ਰੈਕਸੇਸ਼ਨ ਤੇ ਜਿਹੜੀ ਜਿਹੜੀ ਵਿਸ਼ੇਸ਼ ਰੇਣੀ ਮਤਲਬ ਵਿਧਵਾ ਤਲਾਕਸ਼ੂਦਾ ਤੇ ਐਨ ਆਰ ਆਈ ਤੋਂ ਪੇਡ ਤੋਂ ਉਮੀਦਵਾਰ ਨੇ ਉਹਨਾਂ ਦੇ ਕੈਂਡੀਡੇਟਸ ਦੀ ਜਿਹੜੀ ਟੋਟਲ ਹੈ 45 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਇਹਦੇ ਲਈ ਤੁਸੀਂ ਆਪਣੀ ਸਾਰੀ ਡਿਟੇਲਸ ਜਿਹੜੀਆਂ ਨੇ ਭਰ ਕੇ ਫਾਰਮ ਨੂੰ ਆਪਣੇ ਨੀਰੈਸਟ ਅੰਗਨਵਾੜੀ ਜਿਹੜਾ ਤੁਹਾਡਾ ਸੈਂਟਰ ਹੈਗਾ ਉੱਥੇ ਤੁਸੀਂ ਜਿਹੜਾ ਜੀ ਉਹ ਸਬਮਿਟ ਕਰਾਉਣਾ ਹੋਵੇਗਾ ਸੋ ਸਾਰੀ ਡਿਟੇਲ ਜਿਹੜੀ ਹੈ ਅਲੱਗ-ਅਲੱਗ ਫਾਰਮ ਜਿਹੜੇ ਨੇ ਉਹ ਦਿੱਤੇ ਹੋਏ ਨੇ ਤੁਸੀਂ ਨੀਚੇ ਜਾਣਾ ਹੈ ਲਾਸਟ ਵਿੱਚ ਠੀਕ ਹੈ ਜੀ ਇਹ ਫਾਰਮ ਤੁਹਾਨੂੰ ਮਿਲ ਜਾਣਗੇ ਜਿਹੜੇ ਨੀਚੇ ਨੇ ਸੋ ਇਸ ਦੇ ਵਿੱਚ ਤੁਸੀਂ ਚੈੱਕ ਕਰਨਾ ਸਭ ਤੋਂ ਪਹਿਲਾਂ ਕਿਹੜਾ ਫਾਰਮ ਤੁਸੀਂ ਭਰਨਾ ਹੈ ਠੀਕ ਹੈ ਜੀ ਦੋਨਾਂ ਵਿੱਚੋਂ ਅਲੱਗ-ਅਲੱਗ ਫਾਰਮ ਨੇ ਸੇਮ ਹੀ ਤਰੀਕੇ ਨਾਲ ਭਰਨਾ ਹੈ ਕੋਈ ਅਲੱਗ ਤੋਂ ਇਹਦੇ ਵਿੱਚ ਕੋਈ ਫਾਰਮੈਟ ਨਹੀਂ ਹੈ ਸੋ ਪੂਰੀ ਡਿਟੇਲ ਭਰ ਕੇ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਜਿਹੜੇ ਸਬਮਿਟ ਕਰਵਾ ਦੇਣੇ ਨੇ ਜੀ ਸੋ ਇਹ ਪਹਿਲਾ ਨੋਟੀਫਿਕੇ ਸਬਤ ਪਹਿਲੂ ਗੱਲ ਕਰੀਏ ਇਸ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਹੈ ਉਹ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ 17 ਮਾਰਚ 2023 ਇਹਦੀ ਲਾਸਟ ਡੇਟ ਰਹਿਣ ਵਾਲੀ ਹੈ ਜੀ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟਸ ਲਈ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਵੈਕੈਂਸੀਜ਼ ਦੀ ਇਸ ਵਿੱਚ ਕਲਰਕ ਦੀਆਂ ਵੈਕੈਂਸੀਜ਼ ਟੋਟਲ ਨੰਬਰ ਆਫ ਪੋਸਟ 157 ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ 18 ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਨੇ ਉਹ एलिजिਬਲ ਲੋਕ ਐਪਲਾਈ ਕਰ ਸਕਦੇ ਨੇ ਇਸ ਵਿੱਚ ਈਜ਼ ਰੈਲੈਕਸੇਸ਼ਨ ਦਿੱਤੀ ਜਾਏਗੀ ਪਹਿਲੇ ਵਾਲੇ ਕੈਂਡੀਡੇਟ ਥੋੜੇ ਜਿ ਨਰਾਜ਼ ਹੋਣਗੇ ਕਿਉਂਕਿ ਨਾ ਇਹਦੇ ਵਿੱਚ 18 ਤੋਂ 37 ਜਿਹੜੀ ਏਜ ਲਿਮਿਟ ਹੁੰਦੀ ਸੀ ਲੇਕਿਨ ਹੁਣ ਜਿਹੜੀ ਏਜ ਲਿਮਿਟ 18 ਤੋਂ 30 ਜਿਹੜੀ ਹੈ ਜੀ ਉਹ ਹੋ ਚੁੱਕੀ ਹੈ ਸੋ ਇਸ ਦੇ ਵਿੱਚ ਏਜ ਰੈਲੈਕਸੇਸ਼ਨ ਵੀ ਦਿੱਤੀ ਜਾਵੇਗੀ ਸੈਲਰੀ ਜਿਹੜੀ ਹੈ ਐਸ ਪਰ ਰੂਲ ਰਹਿੰਦੀ ਹੈ ਵੈਸੇ ਸਟਾਰਟਿੰਗ ਸੈਲਰੀ ਕਲਰਕ ਦੀ 19900 ਜਿਹੜੀ ਹੈ ਜੀ ਤੁਹਾਡੀ ਉਹ ਰਹੇਗੀ ਪੰਜਾਬ ਅਤੇ ਰੈਣਾ ਹਾਈ ਕੋਰਟ ਦੇ ਕਲਰਕ ਦੀ ਵੈਕੈਂਸੀਜ਼ ਦੇ ਲਈ ਗ੍ਰੈਜੂਏਸ਼ਨ ਜਿਹਨਾਂ ਨੇ ਕੀਤੀ ਹੋਈ ਹੈ ਉਹਦੇ ਲਈ ਅਪਲਾਈ ਕਰ ਸਕਦੇ ਨੇ ਤੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਕੰਪਿਊਟਰ ਬੇਸਡ ਟੈਸਟ ਹੋਏਗਾ ਜੀ ਕੰਪਿਊਟਰ ਪ੍ਰੋਫੀਸ਼ੀਐਂਸੀ ਐਂਡ ਟਾਈਪਿੰਗ ਟੈਸਟ ਹੋਏਗਾ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਤੇ ਮੈਡੀਕਲ ਐਗਜ਼ਾਮ ਦੇ ਬੇਸ ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜਿਸ ਦੇ ਵਿੱਚ ਉਹ ਹੋਣ ਵਾਲੀ ਹੈ ਜੀ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਐਪਲੀਕੇਸ਼ਨ ਫੀ ਦੀ 1000 ਰੁਪਈਆ ਜਨਰਲ ਕੈਂਡੀਡੇਟ ਨੇ ਪੇ ਕਰਨਾ ਹੈ ਐਸਸੀ ਬੀਸੀ ਓਬੀਸੀ ایਸਐਮਸ ਪੰਜਾਬ ਦੇ ਕੈਂਡੀਡੇਟ ਨੇ 1000 ਰੁਪਏ ਤੇ ਫਿਜ਼ੀਕਲ ਹੈਂਡੀਕੈਪ ਕੈਂਡੀਡੇਟ ਨੇ 750 ਰੁਪਏ ਜਿਹੜ ਵੈਬਸਾਈਟ ਤੇ ਜਾ ਕੇ ਰਜਿਸਟਰ ਕਰਨਾ ਹੈ ਤੇ ਆਪਣੇ ਸਾਰੇ ਡਾਕੂਮੈਂਟ ਪਹਿਲਾਂ ਤੁਸੀਂ ਸਕੈਨ ਕਰਕੇ ਜਿਹੜੇ ਉਹ ਤੁਸੀਂ ਰੱਖ ਲੈਣੇ ਨੇ ਜੀ ਜਿੱਦਾਂ ਤੁਸੀਂ ਸਕੈਨਿੰਗ ਕੰਪਲੀਟ ਕਰ ਲੋਗੇ ਜਦੋਂ ਤੁਸੀਂ ਅਪਲਾਈ ਕਰੋਗੇ ਆਨਲਾਈਨ ਤੁਸੀਂ ਇਹਦੇ ਲਈ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਸਬਮਿਟ ਕਰਾਉਣਾ ਹੋਏਗਾ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੀ ਡਿਟੇਲ ਰਿਕੁਆਇਰਡ ਹੋਏਗੀ ਕਿਸੇ ਵੀ ਤਰ੍ਹਾਂ ਦੀ ਉਹ ਤੁਹਾਨੂੰ ਉੱਥੇ ਸਬਮਿਟ ਕਰਨੀ ਹੋਏਗੀ ਸੋ ਪੂਰੀ ਡਿਟੇਲ ਫਿਲ ਕਰਕੇ ਤੁਸੀਂ ਇਹਨੂੰ ਸਬਮਿਟ ਜਿਹੜਾ ਉਹ ਕਰ ਸਕਦੇ ਹੋ ਜੀ ਸੋ ਇਹ ਨੋਟੀਫਿਕੇਸ਼ਨ ਅਜ ਤਹਾਂ ਜਿਉ ਹੁਣ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਏਗਾ ਤੁਸੀਂ ਹੁਣ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ